ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ ਸੰਸਾਰ ਦੇ ਅੰਦਰ ਆਪਣੇ ਪਾਸ ਮਾਨਸ ਦੇਹੀ ਹੈ ਮਾਨਸ ਦੇਹੀ ਜਿੱਹਾਂ ਸੰਸਾਰ ਦੇ ਅੰਦਰ 84 ਲੱਖ ਜੀਉਂਦੀਆਂ ਸਭ ਹਨ ਉਹਨਾਂ ਨਾਲ ਉਹ ਬਲੱਖਣ ਹੈ ਇਹਦੇ ਵਿੱਚ ਫੰ ਆਪਣੇ ਸਰੂਪ ਦਾ ਬੋਧ ਪ੍ਰਾਪਤ ਹੋ ਸਕਦਾ ਵੀ ਮੈਂ ਕੌਣ ਹਾਂ ਦੂਸਰੀਆਂ ਜਿਹੜੀਆਂ ਜੂਨਾ ਨੇ ਉਹ ਆਪ ਦਾ ਕੀਤਾ ਹੋਇਆ ਪਾਪ ਪੁੰਨ ਦੀ ਕਿਰਿਆ 84 ਲੋਕਾਂ ਦੇ ਚੱਕਰ ਚ ਭੋਗ ਰਹੀਆਂ ਹਨ ਇਹ ਕਿਉਂ ਇਸ ਵਿਸ਼ੇ ਤੇ ਬਚਨ ਕਰ ਰਿਹਾ ਹਾਂ ਆਪਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਾਲ ਯੁਗ ਦੇ ਸਮੇਂ ਚ ਉਤਾਰ ਧਾਰਿਆ ਕਿਉਂ ਧਾਰਿਆ ਕੌਣ ਸਨ ਸਨ ਕਹਨ ਗੁਰੂ ਨਾਨਕ ਦੇਵ ਜੀ ਹੈਗੇ ਕਿ ਸੀਗੇ ਨਰਾੰਕਾਰ ਇੱਕ ਦੇਸ਼ੀ ਨਹੀਂ ਹੋਇਆ ਕਰਦਾ ਖੁਦਾ ਮੱਕੇ ਚ ਹੀ ਨਹੀਂ ਹੈ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਨਰਾੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਵਨ ਰੰਗ ਕਾਰਨਯ ਕਾਰਤਾ ਅਰਕੇ ਮਾਤਾ ਤ੍ਰਿਪਤਾ ਦੀ ਕੋਖ ਦੁਆਰਾ ਪੰਜ ਭੂਤਿਕ ਸਰੀਰ ਲੈ ਕੇ ਗੁਰੂ ਨਾਨਕ ਸਦਾਇਆ ਹੈ ਗੁਰੂ ਤੋਂ ਦਰਦਰ ਹੈ ਘੜ ਘੜ ਬੈਠੇ ਹੈ ਲੇਕਿਨ ਗੁਰੂ ਉਹ ਹੈ ਜਿਹੜਾ ਆਪਣੇ ਸ਼ਿਸ਼ ਨੂੰ ਆਪਣੇ ਤੋਂ ਵੱਖਰਾ ਨਹੀਂ ਸਮਝਦਾ ਉਸ ਨੂੰ ਆਪਣੇ ਸਰੂਪ ਦਾ ਬੋਧ ਦੇ ਦਿੰਦਾ ਹੈ ਗਿਆਨ ਦੇ ਦਿੰਦਾ ਹੈ ਪਦਾਰਥ ਦੇਣ ਵਾਲੇ ਦੁਨੀਆਂ ਦੇ ਉੱਤੇ ਬਹੁਤ ਸਾਰੇ ਲੋਕ ਬੈਠੇ ਹਨ ਰਿੱਧ ਸਦਵਰਾ ਸਵਾਦ ਵਰਨਤਾ ਦੇ ਦੇਣ ਵਾਲੇ ਸਵਾਦ ਹਨ ਸਾਰੇ ਦੁਨੀਆਂ ਦੇ ਉੱਤੇ ਪ੍ਰਤੱਖ ਦੇਖੀਏ ਮਾਨਸ ਦੇ ਹੀ ਬਾਰੇ ਮੈਂ ਕਿਉਂ ਵਚਨ ਕੀਤੇ ਨੇ ਮਾਨਸ ਦੇ ਹੀ ਇਸ ਵਿਚਾਰ ਨੂੰ ਸਮਝ ਸਕਦੀ ਹੈ ਮੂਰਤ ਤ੍ਰਿਬਟੇਰੇ ਨਹੀਂ ਸਮਝ ਸਕਦੇ ਪਸ਼ੂ ਨਹੀਂ ਸਮਝ ਚਾਰ ਪੈਰ ਦੁਇ ਸੰਗ ਗੋਗਮੁਖ ਤਬ ਕੈਸੇ ਗੁਨ ਗਈ ਹੈ ਊਰਸ ਵੈਸ ਠੇਗਾ ਪਰ ਹੈ ਤਬ ਕਤ ਮੁੰਡ ਰਕਈ ਹੈ ਇਸੋ ਰਸੀਖ ਜੂਨ ਕਿਨੇ ਗਿਆਨ ਦਿੱਤਾ ਇਹ ਗੁਰ ਨਾਨਕ ਦੇਵ ਜੀ ਨੇ ਦਿੱਤਾ ਗੁਰ ਸਿੱਖੋ 84 ਲਖ ਜੂਨ ਹੈ ਮਾਨਸ ਦੇਹੀ ਬੜੀ ਅਮੋਲਕ ਹੈ ਸੰਸਾਰ ਅੰਦਰ ਦੇਖੋ ਅੱਖਾਂ ਸਾਬ ਦੀਆਂ ਹਨ ਲੇਕਿਨ ਸਾਰਿਆਂ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਹੈ ਦੋਈ ਵਸਤੂਆਂ ਨੇ ਇੱਕ ਬ੍ਰਹਮ ਹੈ ਜਿਸ ਨੂੰ ਆਕਾਰਪੁਰ ਕਹਿੰਦੇ ਹਾਂ ਖਾਨਸਾ ਆਕਾਰਪੁਰ ਕਹਿੰਦਾ ਕੋਈ ਖੁਦਾ ਕਹਿੰਦਾ ਕੋਈ ਗॉड ਕਹਿੰਦਾ ਕੋਈ ਫਾਰਮ ਹੈ ਪਰਮੇਸ਼ਰ ਕਹਿੰਦਾ ਨਾਮ ਅਨੰਤ ਰੂਪ ਤੇਰੇ ਨਾਰਾਇਣ ਹੇ ਵਹਿਰੂ ਤੇਰੇ ਰੂਪ ਵੀ ਅਨੰਤ ਨੇ ਨਾਮ ਵੀ ਅਨੰਤ ਨੇ ਸੋ ਉਹ ਵਹਿਰੂ ਦਾ ਸਰੂਪ ਕਿਹਾ ਗਿਆ ਹੈ ਉਹ ਹੈ ਸਤ ਚੇਤਨ ਆਨੰਦ ਸਰੂਪ ਅਕਾਰ ਨੂੰ ਕਹਿੰਦੇ ਆ ਆਪਣੇ ਕੋਲ ਦੇਹਾਂ ਨੇ ਫੋਟੋਆਂ ਖਚਾਉਂਦੇ ਫਿਰਦੇ ਹਾਂ ਨਹੀਂ ਰਹੇਗਾ ਉਹੀ ਅਕਾਰ ਜਿਹੜਾ ਅੱਜ ਫੋਟੋ ਖਿਚਾਰੀ ਦਸ ਸਾਲ ਨੂੰ ਉਹ ਦੇਹ ਬਦਲ ਜਾਵੇਗੀ ਲੇਕਿਨ ਵੈਗੁਰੂ ਦਾ ਸਰੂਪ ਨਾ ਹੋ ਬੁੱਢਾ ਨਾ ਹੋ ਬਾਲਾ ਐਸਾ ਸਰੂਪ ਉਦੇ ਨਾਲ ਹੀ ਜਿੱਥੇ ਤੁਹਾਡੀ ਦੇਹ ਆ ਛਾਂ ਤੁਹਾਡੀ ਹੈਗੀ ਜ਼ਰੂਰ ਦਿਖਦੀ ਕਦੋਂ ਆ ਜਦੋਂ ਸੂਰਜ ਵਗੈਰਾ ਚੜਦੇ ਨੇ ਰਾਤ ਨੂੰ ਤੁਹਾਡੀ ਛਾਂ ਹੀ ਰਹਿੰਦੀ ਤਾਂ ਹੈਗੀ ਪਰ ਦਿਖਦੀ ਨਹੀਂ ਛਾਂ ਹੈਗੀ ਇਹ ਨਾ ਸਮਝਾਂ ਉਹ ਪ੍ਰਗਟ ਉਹ ਦਿਸਦੀ ਆ ਜਦੋਂ ਦੂਸਰਾ ਪ੍ਰਕਾਸ਼ ਹੁੰਦਾ ਮਾਇਆ ਛਾਇਆ ਦੂਸਰੀ ਮਾਇਆ ਹੈ ਪਹਿਲੇ ਨੰਬਰ ਤੇ ਵਾਹਿਗੁਰੂ ਉਸ ਆਕਾਰਪੁਰਖ ਹੰਤਰਜਾਮੀ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਇੱਕ ਹਉ ਬਹੁ ਸਿਆਮਾ ਪਰਜਾ ਜਾਇ ਤੇ ਓੰਕਾਰ ਰੂਤਪਤੀ ਕੀ ਅਦਨਸ ਸਵਰਾਤੀ ਇੱਕੋ ਕਵਾਉ ਕੀ ਤਪਸਾਉ ਕਵਾਉ ਨ ਬਾਕਦਾ ਹੈ ਓੰ ਪ੍ਰੀਤ ਜੀਤ ਪਹਿਲ ਰੀਆ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਹਾਂ ਇਹ ਗੁਰਬਾਣੀ ਦੀ ਪੰਕਤੀ ਹੈ ਵਾਹਿਗੁਰੂ ਦੀ ਪ੍ਰੀਤ ਓੰਕਾਰ ਨਾਲ ਹੈ। ਬਾਚ ਬਾਚਕ ਭਾਵ ਸੰਬੰਧ ਹੋਇਆ ਕਰਦੇ। ਦੇਹ ਬਾਚ ਹੈ, ਨਾਮ ਵਾਚਕ ਹੈ। ਉਹ ਜਿਨ੍ਹਾਂ ਨੇ ਦੇਹ ਜਿਨ੍ਹਾਂ ਨੇ ਜੋਗ ਹੈ। ਇਹ ਸ਼ਬਦ ਹੈ ਉਹ ਜਨਾਉਂਦਾ ਹੈ। ਆਸਤਿਤਵ ਨ ਸੰਸਾਰ ਦਾ ਆਕਾਰ ਦੀਂਦਾ ਕੋਈ ਐਸਾ ਪਦਾਰਥ ਜੀ ਦਾ ਨਾਮ ਨਹੀਂ ਹੈ ਜੜੀਆਂ ਬੂਟੀਆਂ ਤੱਕ ਸਭ ਨਾਮ ਨੇ। ਇਹ ਨਾਮ ਰੂਪ ਮਾਇਆ ਦੀ ਅੰਸ਼ ਹੈ ਹਰ ਹੈ ਖਾਂਡ ਰੇਤਮੈਂ ਵਿਖਰੀ ਹਸਤੇ ਚੁਣੀ ਨਾ ਜਾਏ ਹਾਥੀ ਤੋਂ ਨਹੀਂ ਚੁਣੀ ਜਾਂਦੀ ਕਰੇਤੇ ਦੇ ਵਿੱਚੋਂ ਕਹ ਕਬੀਰ ਕੋਰ ਭਰੀ ਬੁਝਾਈ ਕੀਟੀ ਹੋਏ ਕਾ ਕੀੜੀ ਫਟਾਫਟ ਚੁਗਲੂ ਤਿੰਨ ਅੰਸਾਂ ਬ੍ਰਹਮੀਆਂ ਨੇ ਸਤ ਚੇਤਨ ਆਨੰਦ ਦੋ ਇਹਦੇ ਵਿੱਚ ਮਾਇਆ ਦੀਆਂ ਨਾਮ ਤੇ ਰੂਪ ਆ ਸਾਹਮਣੇ ਦਿਸ ਰਿਹਾ ਹੈ ਅਕਾਰ ਦਿਖ ਰਹੇ ਨੇ ਇਹਨਾਂ ਦੇ ਨਾਮ ਵੀ ਹਨ ਸੋ ਐਸੀ ਜਿਹੜੀ ਰਚਨਾ ਰਚੀ ਹੈ ਇੱਕ ਮਿੱਥਿਆ ਵਸਤੂ ਹੈ ਇੱਕ ਝੂਠੀ ਹੈ ਝੂਠੀ ਹੁੰਦੀ ਨਹੀਂ ਮਿੱਥਿਆ ਉਹ ਹੁੰਦੀ ਹੈ ਦਿਸੇ ਸਹੀ ਹੋਵੇ ਨਾ ਛਾਂ ਦਿਸਦੀ ਹੈ ਪਰ ਕਹਿੰਦੇ ਹੱਥ ਨਾਲ ਪਕੜੀ ਹੈ ਦਿਸਦੀ ਤਾਂ ਹੈਗੀ ਜੇ ਕਹੋਗੇ ਸੱਚੀ ਹੈ ਤਾਂ ਹੱਥ ਤੇ ਨਹੀਂ ਆਉਂਦੀ ਇਹ ਕਹੋਗੇ ਝੂਠੀ ਹੈ ਤਜੀਦੀ ਹੈ ਪਰ ਤੱਕ ਇਸ ਕਰਕੇ ਜਿਵੇਂ ਵਾਹਿਗੁਰੂ ਉਸ ਚਰਜ ਰੂਪ ਹੈ ਇਹ ਮਾਇਆ ਵੀ ਮੰਡਰਫੁਲ ਹੈ ਬਹੁਤ ਹੀ ਉਸ ਚਰਜ ਰੂਪ ਬ੍ਰਹਮ ਪਰਮੇਸ਼ਰ ਵੀ ਬਿਆੰਤ ਹੈ ਇਹ ਪਰਮੇਸ਼ਰ ਨਾਮ ਲੈਣਾ ਇਹ ਸਰਗੁਣ ਸਰੂਪ ਦਾ ਹੈ ਪਰਮੇਸ਼ਵਰ ਵੱਡਾ ਦੂਸਰੇ ਦੀ ਅਵੇਕਸ਼ਾ ਨੂੰ ਕਰਕੇ ਕਹਿ ਸਕਦੇ ਆ ਕਿਸੇ ਨੂੰ ਕਹੀਏ ਆਦਮੀ ਵੱਡਾ ਕਿਸੀ ਸਬੂਤ ਹੈ ਕਹਿੰਦੇ ਆ ਨਾਮ ਦਾ ਛੋਟਾ ਹੈ ਜੇ ਨਾਮ ਦਾ ਨਾ ਖੜਾ ਹੋਵੇ ਉਹਨੂੰ ਵੱਡਾ ਨਹੀਂ ਕਰ ਸਕਦੇ ਕਹਿੰਦੇ ਆ ਸੁਖੀ ਹੈ ਕਹਿੰਦੇ ਕੀ ਨਿਸ਼ਾਨੀਆਂ ਸੁਖੀ ਦੀ ਕਹਿੰਦੇ ਆ ਨਾਲ ਦਾ ਦੁਖੀ ਹੈ ਦੂਸਰੇ ਦੀ ਅਪੇਸ਼ਾ ਕਰਕੇ ਹੀ ਨਾਮ ਰੱਖੇ ਜਾਂਦੇ ਆ ਸੋ ਐਸੇ ਆਕਾਰਪੁਰਖ ਹੰਤਰ ਜਾਮੀ ਨੇ ਇਸ ਸ੍ਰਿਸ਼ਟੀ ਦਾ ਪਸਾਰਾ ਪਸਾਰਿਆ ਕਿੰਤੂ ਹੈ ਕਿ ਕਿਉਂ ਪਸਾਰ ਦਿੱਤਾ ਕੋਈ ਸੁਗੀ ਤਾਂ ਹੈ ਨਹੀਂ ਕਾਲ ਯੁਗ ਦੇ ਸਮੇਂ ਚ ਕੁਐਸਚਨ ਕਰਨੇ ਕੋਈ ਔਖੇ ਨਹੀਂ ਦੇਣ ਤਾਂ ਅਨਸਰ ਜਵਾਬ ਦੇਣ ਔਖੇ ਹਨ ਪਰ ਕੁਐਸਚਨ ਉਸੇ ਨੂੰ ਫੁਰਦਾ ਹੈ ਜਿਹਦੇ ਅੰਦਰ ਪ੍ਰੰਤੀ ਹੈ ਚੰਦ ਦਿਨ ਉਸ ਨੂੰ ਜਿਹਦੇ ਨੇ ਆਕਾਸ਼ ਵਿੱਚ ਜਿਹਦੇ ਦੀ ਨਿਗਾ ਕਮਜ਼ੋਰ ਹੈ ਉਹਨੂੰ ਦੋ ਚਿੰਦੇ ਨੇ ਚੰਦ ਕੀ ਚੰਦ ਦੋ ਹੁੰਦੇ ਹੈ ਇਸ ਇਤਨਾ ਜਦੋਂ ਤੁਹਾਡੇ ਅੰਦਰ ਪ੍ਰੰਤੀ ਪਰਸ਼ਨ ਪੈਦਾ ਹੁੰਦੇ ਆ ਨਾ ਇਹ ਸਮਝੋ ਤੁਹਾਡੀ ਬਿਰਤੀ ਕਮਜ਼ੋਰ ਹੈ ਨਹੀਂ ਵਕੈ ਗੁਰੂ ਘਰ ਗੁਰੂ ਨਾਨਕ ਦੇਵ ਜੀ ਦਾ ਘਰ ਕਿਸੇ ਧਰਮ ਦਾ ਵਿਰੋਧੀ ਨਹੀਂ ਪਖੰਡ ਦਾ ਵਿਰੋਧੀ ਹੈ ਜ਼ੁਲਮ ਦਾ ਵਿਰੋਧੀ ਹੈ ਕਿਸੇ ਦਾ ਵਿਰੋਧੀ ਨਹੀਂ ਜਾ ਪਹਿਲੇ ਹਮ ਸ੍ਰਿਸ਼ਟ ਬਣਾਈ ਦਾਇਤ ਰਚੇ ਦੁਸ਼ਟ ਦੁਖਦਾਈ ਇਹ ਕਹੇ ਤਿਰਪਾਤਸ਼ਾ ਦੇ ਬਚਨ ਨੇ ਪਹਿਲਾ ਦਾਇਤ ਰਚੇ ਸੀ ਦਾਇਤ ਵੀ ਭਗਤੀ ਕਰਦੇ ਕਿਤੇ ਪੁੱਛਿਓ ਵੀ ਗਿਆ ਜੀ ਜਿੱਥੇ ਦੁਨੀਆ ਕ੍ਰਿਆਣ ਕਰਾਉਣ ਜਾਂਦੀ ਹੈ ਗਤੀ ਕਰਾਉਣ ਉਹ ਤੀਰਥ ਰਾਖਸ਼ ਨੇ ਬਣਾਇਆ ਕਿ ਉਸ ਦੇਵਤੇ ਨੇ ਬਣਾਇਆ ਗਿਆਸਰ ਦਾਇਤ ਨੇ ਬੜਾ ਭਾਰੀ ਤਪ ਕੀਤਾ ਹਰਨਾਖਸ਼ ਨੇ ਇੱਕ ਪੈਰ ਦੇ ਗੂਠੇ ਖੜ ਕੇ ਤਪ ਕੀਤਾ ਕਮਾਈ ਠੀਕ ਹੈ ਇਹ ਕਮਾਈ ਨੂੰ ਕੋਈ ਪੁੱਠੇ ਪਾਸੇ ਵਰਤੇ ਹੋਆ ਫਿਰ ਅਕਸ਼ ਹੈ ਸੋ ਇਸ ਕਰਕੇ ਦੁਸ਼ਟ ਦੁਖਦਾਈ ਦੁੱਖ ਦੇਣ ਵਾਲੇ ਹੋ ਗਏ ਦੁਸ਼ਟ ਬਣ ਗਏ ਤੇ ਹਮ ਤਨਕ ਤਨਕ ਮੋਰ ਖਾਪੇ ਤਨਕੀ ਠੋਰ ਦੇਵਤਾ ਠਾਪੇ ਉਦੋਂ ਤੋਂ ਦੇਵਤੇ ਪੈਦਾ ਦੇਵੀ ਬਲ ਪੂਜਾ ਰੁਝਾਏ ਉਹ ਕੁ ਪੁੱਛ ਕੇ ਬੱਕਰਾਂ ਚਤਿਆਂ ਦੁਬਲ ਬਲੀਆਂ ਫਰਾਨਾ ਦੇਵਤਾ ਲੈਂਦਾ ਪੂਜਾ ਕਰਵਾਉਂਦਾ ਉਹ ਹਿੰਦਰ ਚੜ ਜ ਗਿਆ ਆਪਣੀ ਪੂਜਾ ਵਿੱਚ ਲੇਕਿਨ ਅੰਤਰਜਾਮੀ ਵਾਹਿਗੁਰੂ ਉਸ ਤੋਂ ਬਾਅਦ ਆ ਰਿਖੀ मुनि ਪ੍ਰਗਟ ਕੀਤੇ ਸਾਧੂ ਸੰਤ ਪਰਵਾਚ ਰਿਹਾ ਹੈ ਇਹਨਾਂ ਦੀ ਜ਼ਿੰਮੇਵਾਰੀ ਕੀ ਹੈ ਪਰਜਾ ਦੇ ਲੋਕਾਂ ਨੂੰ ਪਿਉ 84 ਲਖ ਜੂਨ ਚ ਮਾਨਸ ਦੇ ਹੀ ਉਪਦੇਸ਼ ਲੈਂਦੀ ਐ ਦੂਸਰੇ ਵਿਚਾਰੇ ਜਾਨਵਰਾਂ ਨੂੰ ਕੀ ਪਤਾ ਹੈ ਵੀ ਪਰਮੇਸ਼ਰ ਕੀ ਹੈ ਸਤਜੁਗ ਦੇ ਅੰਦਰ ਸਤਜੁਗ ਤਾਂ ਮਾਨਿਓ ਛਲਿਓ ਬਲ ਬਾਪ ਨਿਭਾਇਓ ਤ੍ਰਿਤੇ ਤੇ ਮਾਨਿਓ ਰਾਮ ਰਵਗੰ ਸੰਗ੍ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕਾਂਸ ਕੁਰਤਾਰਤ ਕੀਓ ਉੱਗਰ ਸੈਨ ਕੋ ਰਾਜ ਭੈ ਭਗਤਾਂ ਜਨ ਦੀਓ ਕਲਜੁਗ ਪ੍ਰਮਾਨ ਨਾਨਕ ਗੁਰ ਰੰਗ ਜਮਰ ਕਹਾਇਓ ਅਜ ਕਾਲ ਯੁੱਗ ਦਾ ਸਮਾਂ ਹੈ ਜਿਹਦੀ ਬਾਦਸ਼ਾਹੀ ਹੁੰਦੀ ਹੈ ਉਹਦਾ ਹੀ ਹੁਕਮ ਚੱਲਦਾ ਹੁੰਦਾ ਹੈ ਅਜ ਕਾਲ ਯੁੱਗ ਦੇ ਸਮੇਂ ਚ ਜਗਤ ਗੁਰੂ ਗੁਰੂ ਨਾਨਕ ਦੇਵ ਸਿੱਖਾਂ ਦੇ ਕਰਦੇ ਗੁਰੂ ਨਹੀਂ ਗੁਰੂ ਨਾਨਕ ਦੇਵ ਜਗਤ ਗੁਰੂ ਹਨ ਜੇ ਕਿ ਇਹ ਲੋਕ ਮੰਨਦੇ ਨਹੀਂਗੇ ਇੱਕ ਨਰਾਇਕ ਪੁੱਤ ਲੜਕੇ ਕਹਿ ਦਿੰਦਾ ਬਾਪੂ ਨੂੰ ਤੂੰ ਨਹੀਂ ਮੇਰਾ ਪਿਓ ਕੀ ਸਮਾਜ ਉਹਨੂੰ ਪ੍ਰਵਾਨ ਕਰ ਲਵੇਗਾ ਇਹ ਗੱਲ ਨੂੰ ਜਿਹੜੇ ਨਗਰੇ ਲੋਕ ਜਗਤ ਕਹਿੰਦੇ ਨਬਸੀ ਨਹੀਂ ਸਾਡਾ ਗੁਰਨਾਨਕ ਦੇਵ ਜੀ ਗੁਰੂ ਨਹੀਂ ਤੇ ਜਗਤ ਗੁਰੂ ਹਨ ਗੁਰਨਾਨਕ ਦੇਵ ਦਸਾਂ ਜੋਤਾਂ ਚ ਵਰਸ ਕੇ ਆਪਣੇ ਸ਼ਬਦ ਦੇ ਨੱਡ ਲਾਇਆ ਹੈ ਕਾਲ ਸੇ ਨੂੰ ਨਾਲੇ ਇਕੱਲਾ ਸ਼ਬਦ ਨਹੀਂ ਤੁਹਾਡੇ ਕੋਲੇ ਦੋ ਵਸਤੂਆਂ ਤਨ ਤੇ ਮਨ ਤੁਸੀਂ ਕੋਈ ਅੰਮ੍ਰਿਤ ਛਕਦਾ ਹੋਰ ਜੁਨਾ ਵਿੱਚੋਂ ਇਕ ਮਾਨਸ ਦੇ ਹੀ ਗੁਰੂ ਧਾਰਨ ਵਾਲੀ ਗੁਰੂ ਧਾਰਿਆ ਤੁਹਾਡੇ ਤਨ ਨੇ ਇੱਕ ਮਨ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਤੁਹਾਡੇ ਕੋਲ ਦੋ ਵਸਤੂਆਂ ਮਨ ਤੇ ਤਨ ਕੋਈ ਮੁਕਰਦਾ ਨਹੀਂ ਮਨ ਦਾ ਗੁਰੂ ਸ਼ਬਦ ਹੈ ਤਨ ਦਾ ਨਹੀਂ ਤਨ ਦਾ ਖਾਲਸਾ ਹੈ ਗੁਰੂ ਪੰਜ ਪਿਆਰੇ ਹਨ ਪੰਜ ਪਿਆਰੇ ਵੀ ਗੁਰੂ ਨੇ ਖਾਲਸਾ ਮੇਰੇ ਰੂਪੋ ਕਾਲ ਖਾਲਸੇ ਮੈਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਜਮੈ ਰਚਨਾ ਮਿੱਥਿਆ ਭਾਖੀ ਪਾਰ ਬਹਿਮ ਗੁਰੂ ਨਾਨਕ ਸਾਖੀ ਇਸ ਕਰਕੇ ਤੰਦਾ ਗੁਰੂ ਖਾਲਸਾ ਹੈ ਗੁਰੂ ਤੇ ਸੇਵਕ ਦੇ ਕੀ ਫਰਜ਼ ਨੇ ਸੇਵਕ ਨੇ ਸੇਵਾ ਕਰਨੀ ਗੁਰੂ ਦੀ ਉਹਦਾ ਉਪਦੇਸ਼ ਲੈਣਾ ਇਹ ਪੰਝਾ ਪਿਆਰਿਆਂ ਦੀ ਸੇਵਾ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਕੱਪੜੇ ਤਾਂ ਨਹੀਂ ਧੋਣੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਤਾਂ ਨਹੀਂ ਕਰਾਉਣਾ ਇਸ਼ਨਾਨ ਪੰਝਾ ਕੋ ਸਿੱਖਾਂ ਦੇ ਜਿਹੜਾ ਇੱਕ ਸਿੱਖ ਨੂੰ ਇਸ਼ਨਾਨ ਕਰਾਤਾ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਇੱਕ ਬਰਾਬਰ ਹੈ ਇੱਕ ਸ਼ਬਦ ਸਿਖਾ ਦਈਏ ਗੁਰਸਿੱਖ ਨੂੰ ਇਹ ਜੇ ਸਤ ਸੋਨੇ ਦੇ ਮੰਦਰ ਅਨੁਸਾਰ ਕੇ দান ਕਰ ਦਿੱਤੇ ਇੱਕ ਸ਼ਬਦ ਬڑا ਕਿ ਗੁਰਸਿੱਖ ਨੂੰ ਉਹਨੂੰ ਸਿਖਾ ਦੇਣਾ ਇਹਨਾਂ ਬੜਾ ਭਾਰੀ ਮਹਤਮਾ ਹੈ ਇਸ ਕਰਕੇ ਸਤਜੁਗ ਦੇ ਅੰਦਰ ਬਾਵਨ ਅਵਤਾਰ ਵਗੈਰਾ ਹੋਏ ਦਤਾ ਤਰੇ ਦਸਵੇਂ ਪਾਤਸ਼ਾਹ ਨੇ ਸਾਡਾ ਹਨੇਰਾ ਚੱਕਣ ਵਾਸਤੇ ਦਸਮ ਦੀ ਬਾਣੀ ਉਚਾਰਨ ਕੀਤੀ 24 ਉਤਾਰਾਂ ਦਾ ਵਰਨਨ ਕੀਤਾ ਸਾਡੀ ਉਪਾਸ਼ਨਾ ਉਹਨਾਂ ਦੀ ਨਹੀਂ ਹੈ ਸਾਡੀ ਉਪਾਸ਼ਨਾ ਸ਼ਬਦ ਦੀ ਹੈ ਦਸਾਂ ਗੁਰੂਆਂ ਦਾ ਲਿਕਨ ਅਸ ਉਹ ਵੀ ਆਕਾਰਪੁਰਖ ਦੀ ਅੰਤ ਨੇ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਦਰ ਮੈਨ ਕੋਟ ਸਾਨ ਸੰਗ ਸੋਭ ਕਹਿਤ ਮਾਜ ਸੁਧ ਜਿਸੇ ਨਹੀਂ ਪਹਤ ਖਾਏ ਜੀਉ ਦੇਖ ਰੂਪ ਅਤ ਨੂੰ ਮੋਹ ਮਹਾ ਮਗ ਭਈ ਕਿੰਕਨੀ ਸਬਦ ਚੰਦਕਾਰ ਖੇਲ ਪਾਹੇ ਜੀਉ ਕਾਲ ਕਰਨ ਹੁਕਮਾਤ ਕਹੋ ਕੌਣ ਮੇਟ ਸਕੈ ਇਸ ਬੰਮ ਗਿਆਨ ਧਨ ਧਰਤ ਹੀ ਚਾਹੇ ਜਿਓ ਸਤ ਸਾਰ ਸ੍ਰੀ ਮਨਾਰ ਸਾਧ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਪੀਤ ਬਸਨ ਕੰਧ ਦਸਨਾਦਕ ਜਸਮਈਆਂ ਦੇ ਅੰਦਰ ਕੌਣ ਹੈ ਫਿਰ ਕ੍ਰਿਸ਼ਨ ਵਈ ਕਾਲ ਪੁਰਖ ਨਾ ਹੋਇਆ ਮਰਯਾਦਾ ਇਕ ਨਹੀਂ ਹੋ ਸਕਦੀ ਇਕ ਸਰਗੁਣ ਸਰੂਪ ਦਾ ਆਪਾਸ਼ਕ ਹੈ ਤੇਰਾ ਸੋਨਾ ਨਕਜਨ ਲੰਬੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਜਪੋ ਤੁਸੀਂ ਸਿਹੱਦੀਓ ਜਮਦਵਾਰ ਨਾ ਹੋ ਖੜੀਆਂ ਸੁਖ ਸਿੱਖ ਸੁਣੋ ਮਹਿਲਿਓ ਆ ਫਲ ਮਿਲੇਗਾ ਭਾਈ ਗੁੰਦੇ ਜੈਸਿਆਂ ਨੇ ਕਾਵਰ ਚ ਬੈਠ ਕੇ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਸੇਹਨ ਧਾਰਿਆ ਆਪ ਜੀ ਦੁਪਹਿਰੇ ਤੱਕ ਬੈਠੇ ਹੀ ਰਹੇ ਵੀ ਸਾਡੇ ਸਿੱਖ ਨੇ ਸਾਡੇ ਚਰਨ ਪਕੜੇ ਹੋਏ ਨੇ ਜੇ ਹਲਾਲੇ ਤਾਂ ਸਮਾਧੀ ਖੁੱਲ ਜੂ ਸਰਗੁਣ ਦੀ ਪੂਜਨਾ ਤੋਂ ਵੀ ਬਿਹਾਰ ਜਾਈਏ ਉਹ ਨਿਰਗਾਰ ਦੀ ਵੀ ਹੈ ਪਹੁੰਚ ਸਾਡੀ ਸਰਗੁਣ ਤੱਕ ਵੀ ਨਹੀਂ ਹੰਕਾਰ ਅਸੀਂ ਕਰਦੇ ਕਿ ਅਨਰਗੁਣ ਦੇ ਪਾਸ ਕਹਾਂ ਇਹ ਆਪਣੇਖਾ ਹੈ ਸੂਬਾ ਕਿਰਪਾ ਕਰੇ ਅੱਜ ਕાળ ਜੁਗ ਦਾ ਸਮਾ ਦੁਤੀਆ ਭਵੰਗ ਭਵਤੀ ਦ્વੈਤ ਪਾਪ ਉਹਨਾਂ ਆਪਣਾ ਤੁਹਾਨੂੰ ਜਨਮ ਦੇਵੇਗਾ ਇਸ ਕਰਕੇ ਖਾਲਸਾ ਜੀ ਜੁਗਾਂ ਜੁਗਾਂ ਦੇ ਅੰਦਰ ਅਵਤਾਰ ਹੁੰਦੇ ਆਏ ਉਹ ਨਿੰਦਨੇਯੋਗ ਨਹੀਂ ਹਨ ਜੇ ਕਿਸੇ ਦੀ ਉਪਮਾ ਕਰਨੀ ਹੋਵੇ ਉਹ ਦੂਸਰੇ ਦੀ ਨਿੰਦਿਆ ਦਾ ਨਿਸ਼ਾਨਾ ਨਹੀਂ ਹੁੰਦਾ ਫਲ ਆਪਣੇ ਟੋਕਰੀ ਚ ਇੱਕ ਚੱਕ ਲਿਆ ਵੀ ਆਹ ਤਾਂ ਬਹੁਤ ਵਧੀਆ ਇਹਦਾ ਮਤਲਬ ਇਹ ਦੂਜੇ ਵਧੀਆ ਨਹੀਂ ਹਨ ਥੋੜਾ ਉਹਨਾਂ ਦੀ ਨਿੰਦਿਆ ਕਰਨ ਦਾ ਮਤਲਬ ਨਹੀਂ ਥੋੜੀ ਉਹਦੀ ਉਸਤਤੀ ਕਰਦਾ ਹੈ ਬੱਚੇ ਨੇ ਗ੍ਰਸਤੀ ਦੇ ਵਾਰੋਂ ਕੋਈ ਰਿਸ਼ਤੇਦਾਰ ਆ ਗਿਆ ਇੱਕ ਦਿਨ ਲੱਗਾ ਸਿਫਤ ਕਰਨ ਉਹ ਦੂਜੇ ਦੀ ਨੰਦਿਆ ਤਾਂ ਨਹੀਂ ਕੀਤੀ ਇਸ ਕਰਕੇ ਦੂਸਰੇ ਅਵਤਾਰ ਨੰਦਾ ਭਲੀ ਕਿਸੇ ਕੀ ਨਾਹੀ ਮਨ ਮੁਖਮਗਦ ਕਰਾਂ ਜੀਮੇਦਾਰ ਨੂੰ ਪੁੱਛੋ ਤਿੰਨ ਫਸਲਾਂ ਬੀਜਦਾ ਛੋਲੇ ਕਣਕ ਤੇ ਅੱਜ ਚਾਵਲ ਸਭ ਨੂੰ ਪਤਾ ਤੁਹਾਨੂੰ ਕਿ ਛੋਲਿਆਂ ਨੂੰ ਬੀਜ ਕੇ ਪੁੱਛਣ ਦੀ ਲੋੜ ਨਹੀਂ ਇੱਕ ਅਦਮੀ ਪੈ ਜਾਂਦਾ ਬੜੇ ਹੁੰਦੇ ਨੇ ਕਣਕ ਨੂੰ 2-3 ਪਾਣੀ ਤਾਂ ਘੱਟ ਤੋਂ ਘੱਟ ਦੇਣਾ ਹੀ ਪੈਂਦੇ ਨੇ ਜੀਰੀ 'ਚ ਤਾਂ ਪਾਣੀ ਖੜਾ ਹੀ ਰਹੇ ਤਾਂ ਹੁੰਦੀ ਐ ਨਹੀਂ ਹੁੰਦੀ ਨਹੀਂ ਸਤਜੂ ਦੁਆਪਰ ਤੇ ਤੇ ਵਿੱਚ ਇੱਕ ਵੇਰੀ ਉਪਦੇਸ਼ ਲੈਰੀ ਇਹ ਨਾ ਮੁਰਖੇ ਉਪਦੇਸ਼ ਦੀ ਲੋੜ ਨਹੀਂ ਸੀ ਲੱਖ ਬਰਿਆਂ ਦੀ ਆਰਜਾ ਕੋਠੇ-ਕੋਠ ਨਾ ਮੰਡਪ ਸਜੇ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਉਸ ਵਾਦੀ ਨਹੀਂ ਸਨ ਸਾਗ ਤੋੜ ਲੈਣਾ ਵਾਲ ਕੇ ਨੂੜ ਨਹੀਂ ਲੈਣਾ ਕੁਛ ਨਹੀਂ ਉਹ ਨਿਚੋੜ ਕੇ ਉਹੀ ਭੁੱਖ ਮਿਟ ਦੇਣੀ ਇਹ ਜੇਸੀ ਵਿਅਕਤੀ ਅੱਜ ਕੱਲ੍ਹ ਜੋ ਜੂਠ ਤੇ ਝੂਠ ਦਾ ਬਸ ਸਾਰਾ ਜੂਠ ਖਾਣੀ ਇੱਕ ਦੂਜੇ ਦਾ ਝੂਠ ਬੋਲਣਾ ਨਾਨਕ ਸਤਸੱਚ ਪਾਈਆ ਤੇ ਸੰਤਨ ਕਾ ਪਾਸ ਗੁਰੂ ਘਰ ਵਿੱਚ ਸੱਚ ਹੈ ਤੇ ਸੁੱਚਮ ਹੈ ਦੋਨੋਂ ਹੀ ਉਡਰੀਆਂ ਜਾਂਦੀਆਂ ਤਾਂ ਅਸੀਂ ਬਲੇਸ਼ ਹਾਂ ਉਸ ਸਮੇਂ ਵਿੱਚ ਇੱਕ ਵਾਰੀ ਉਪਦੇਸ਼ ਲੈ ਲਈਏ ਉਧਰ ਜਾ ਹੀਦਾ ਸੀ ਮੁਕਤ ਹੋ ਜਾਈਦਾ ਸੀ ਜਿਵੇਂ ਛੋਲਿਆਂ ਨੂੰ ਆ ਬਰਖਾ ਦੇ ਨਾਲ ਹੀ ਸਰ ਜਾਂਦਾ ਸੀ ਤ੍ਰੇਤੇ ਦੁਆਪਰ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਉਪਦੇਸ਼ ਲੈ ਲੈਣਾ ਫੇਰ ਮੁਕਤੀ ਹੋ ਜਾਂਦੀ ਸੀ ਕਾਲ ਯੁਗ ਦਾ ਸਮਾਂ ਹੈ ਇਹ ਜੇ ਜੀਵ ਜੀਰੀ ਮੰਗੂ ਨਾ ਪਾਣੀ ਖੜਾ ਹੀ ਰਹੇ ਜੀਰੀ ਜ ਤਾਜ਼ੀ ਜੀਰੀ ਹੁੰਦੀ ਨਹੀਂ ਹੁੰਦੀ ਨਹੀਂ ਆਪਾਂ ਤਾਂ ਸੰਗਤ ਵਿੱਚ ਹੀ ਰਹੀਏ ਠੇ ਪੈਰ ਤਾਂ ਕਲਿਆਣ ਹੋਵੇਗੀ। ਔਰ ਪਹਿਲੇ ਜੁਗਾਂ ਚ ਸੰਗਤ ਸੁਗਤ ਕੋਈ ਨਹੀਂ ਰਹੀ ਮੋਨੇ ਜੰਗਲਾਂ ਚ ਤਪਾ ਕਰਦੇ ਗ੍ਰਸਤੀ ਲੋਕ ਘਰਾਂ ਚ ਰਹਿੰਦੇ। ਜਦ ਸਤਗੁਰੂ ਤੇ ਸਤ ਸੰਗਤ ਬਣਾਈ। ਕਲ ਜੁਗ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਜਿੱਥੇ ਸਤਗੁਰੂ ਜੀ ਗਏ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ ਬਾਬੇ ਧਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਹ ਜੇ ਮੁਖੀ ਕਰਜੁਗ ਦੇ ਵਿੱਚ ਪ੍ਰਗਟ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ ਸੋ ਪਹਿਲੇ ਅਵਤਾਰਾਂ ਚ ਕਿਉਂ ਨੇ ਉਣਤਾ ਹੈ ਉਹਨਾਂ ਨੇ ਆਪੋ ਆਪਣਾ ਨਾਮ ਜਪਾਇਆ ਸੀਤਾ RAM ਸੀਤਾ RAM ਰਾਦੇ ਰਵਣ ਰਾਦੇ ਰਵਣ ਘਰ ਵਾਲੀ ਦਾ ਪਹਿਲਾ ਨਾਮ ਅੱਜ ਸਾਡੇ ਵੀ ਸਿੱਖ ਅਕਾੜਾਂ ਤੇ ਮੂਰੇ ਸਰਦਾਰ ਨਹੀਂ ਮਗਰ ਮਜਨੂ ਸਰਦਾਰ ਜਦੋਂ ਅਨੰਦ ਕਾਰਜ ਕਰਾਇਆ ਸੀ ਮੂਰੇ ਸਰਦਾਰ ਨਹੀਂ ਸੀ ਕਿ ਸਰਦਾਰ ਸੀ ਆ ਹਾਲਤ ਹੈ ਕਿਉਂ ਮਾਇਆ ਪ੍ਰਭਾਵਿਤ ਹੋ ਰਹੀ ਆ ਸਾਰਿਆਂ ਦੇ ਉੱਤੇ ਸੋ ਸਤਿਗੁਰੂ ਜੀ ਨੇ ਆਪਣਾ ਨਾਮ ਨਹੀਂ ਜਪਾਇਆ ਜੇ ਜੇ ਭਾਵੇਂ ਪਹਿਲ ਅਵਤਾਰ ਆਪ ਆਪ ਤਨ ਜਾਪ ਉਚਾਰਾ ਕਰਦੀ ਤਰਪਾਸ਼ਾ ਕਹਿੰਦੇ ਜਿਹੜੇ ਪਹਿਲਾ ਅਵਤਾਰ ਆਪੋ ਆਪਣਾ ਨਾਮ ਜਪਾਇਆ ਆਕਨਪੁਰਖ ਦਾ ਨਹੀਂ ਬਿਜਾ ਲੇਕਿਨ ਗੁਰੂਆਂ ਨੇ ਨਿਰੰਕਾਰ ਆਕਨਪੁਰਖ ਦਾ ਨਾਮ ਜਪਾਇਆ ਔਰ ਨਾਮ ਕੀ ਹੈ ਨਾਮ ਆਕਾਰ ਦਾ ਰੱਖਿਆ ਜਾਂਦਾ ਨਿਰਾਕਾਰ ਦਾ ਨਾਮ ਕੀ ਰੱਖੋਗੇ ਜਿਹਦਾ ਆਕਾਰ ਨਹੀਂ ਕੋਈ ਉਹਦਾ ਨਾਮ ਤੁਸੀਂ ਕਲਪੀ ਨਹੀਂ ਸਕਦੇ ਸਾਰਿਆਂ ਨਾਮਾਂ ਨਾਮ ਸਾਰੇ ਸਤਕਾਰਯੋਗ ਹਨ ਲੇਕਿਨ ਸਭ ਤੋਂ ਵੱਡਾ ਵਾਹਿਗੁਰੂ ਨਾਮ ਹੈ ਉਹ ਕਿਉਂ ਵਾਹਿ ਨਾਮ ਅਚੇਤ ਕੋ ਹੋਈ ਅਚੇਤੇ ਪਰ ਉਕਤ ਨਾ ਕੋਈ ਕਿਸੇ ਵਸਤੂ ਦੀ ਸਿਫਤ ਕਰਨ ਲੱਗ ਜਓ ਇਹ ਐਸੀ ਐਸੀ ਜਦੋਂ ਕਹਿ ਦੋਗੇ ਵੀ ਅਸਚਰਜ ਹੀ ਹੈ ਫਿਰ ਤੁਹਾਡੇ ਕੋਲ ਕੋਈ ਅਖਰ ਹੈ ਵਰਤਨ ਵਾਸਤੇ ਉਦੋਂ ਬਾਅਦ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਇਸ ਕਰਕੇ ਸਾਰਿਆਂ ਨਾਮਾਂ ਨਾਲੋਂ ਵੈਕ ਨੂੰ ਨਾਮ ਜਾਂਦਾ ਕਰਜੁਗ ਦੇ ਸਮੇਂ ਚ ਗੁਨਾਨਕ ਦੇਵ ਉਤਾਰ ਧਾਰ ਕੇ ਜਦੋਂ ਮਲੇਸ਼ਾ ਦਾ ਰਾਜ ਸੀ ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋਊ ਜੋ ਬਾਬੇ ਕੇ ਦਾਨ ਨਾ ਦਾ ਹੈ ਤਨ ਤੇ ਗੈਬਾ ਬਾਬਰ ਕੇ ਨਾ ਹੈ ਉਹ ਐਸੀ ਕਰਗੀ ਤਰ ਪਾਦਸ਼ਾਹੀ ਬਾਣੀ ਨੂੰ ਸਿਲਕੋ ਜੀ ਹੈ ਅੱਜ ਕਰਜੋ ਦਸਮਾ ਆ ਗਿਆ ਇਹ ਲੋਕ ਖਵਰਾ ਨਰਕ ਨੂੰ ਕਿੱਥੇ ਜਾਣਗੇ ਜਿਹੜੇ ਦਸਵੇਂ ਪਾਦਸ਼ਾਹੀ ਬਾਣੀ ਨੂੰ ਨੰਦਦੇ ਹਨ ਮਾਰੇ ਜਾਣਗੇ ਬਈ ਇਮਾਨਦੋਗ ਮਾਰੇ ਕਹਿੰਦੇ ਭਾਈ ਇੱਕ ਬਾਬੇ ਨਾਨਕ ਦਾ ਘਰ ਹੈ ਇੱਕ ਬਾਬਰ ਦੀ ਰਾਜ ਬਾਜਟ ਹੈ ਆਪਣਾ 73 ਜਨ ਉਸਤਨਵੇ ਹੋਰ ਵੀ ਉਠੀ ਮਰਦ ਦਾ ਚੇਲਾ 1578 ਬਿਕਰ ਵਿੱਚ ਬਾਬਰ ਆਇਆ ਗੁਰਨਾਨਕ ਦੇਵ ਮਤਾਰਤ ਆ ਰਿਹਾ ਪਠਾਣਾ ਦਾ ਰਾਜ ਸੀ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਗੁਰਬਾਣੀ ਵਿੱਚ ਆਉਂਦਾ ਹੈ ਇਹ ਮਨਾ ਬਾਦ ਚੜਕੇ ਆ ਸੱਤ ਮੁਠੀਆਂ ਭੰਗਦੀਆਂ ਭੇਟਾ ਕੀਤੀਆਂ ਮਾਰ ਕੇ ਕਹਿੰਦੇ ਬਾਬਰ ਕਦੋਂ ਕਿਉਂ ਕੀਤੀਆਂ ਕਹਿੰਦਾ ਹੈ ਫਕੀਰ ਜੀ ਜੇ ਮੈਨੂੰ ਪਤਾ ਹੁੰਦਾ ਜਦ 1100 ਚੱਕੀ ਚੱਲੀ ਨਾ ਆਪਣੇ ਆਪ ਕਿਉਂ ਫੌਜ ਨੇ ਆਟੇ ਤੋਂ ਬਿਨਾਂ ਤਾਂ ਨਹੀਂ ਸਰਦਾ ਹੈ ਰੋਟੀ ਖਾਣੀ ਹੈ ਜੇਲ੍ਹ ਦੇ ਵਿੱਚ ਐਮਨਾਬਾਦ ਦੀ ਵਿੱਚ ਚੱਕੀਆਂ ਕਹਿੰਦੇ ਪੀਹੋ ਕਹਦੀਆਂ ਉਹਨੂੰ ਮਹਾਰਾ ਕਹਿੰਦੇ ਵੈਗਰੂ ਦਾ ਸਿਮਨ ਕਰੋ ਔਰ ਦਾਣੇ ਭਾਈ ਚਲੋ ਗਲੇ 'ਚ ਜਦ ਦੇਖੀ 1100 ਚੱਕੀ ਚੱਲਦੀ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਇਹ ਜਾ ਕਾਮਲ ਫਕੀਰ ਹੈ ਸ਼ਹਿਰ 'ਚ ਮੈਂ ਕਦੇ ਨਾ ਹੋਵਾਂ ਕਰਦਾ ਕੋਰਾ ਸਾਨ ਕਸਮਾਨਾ ਕੀਆ ਹਿੰਦੁਸਤਾਨ ਰਾਇਆ ਆਪੇ ਦੋਸਤ ਨ ਦੇਈ ਕਰਤੇ ਜਮ ਕਰ ਗੋਗਲ ਚੜਾਇਆ ਜੋ ਆਪ ਜੀ ਨੇ ਕਿਹਾ ਹੈ ਭਾਵ ਬਾਬਰ ਇਸ ਭੰਗ ਨੂੰ ਪੀ ਕੇ ਸੀ ਸਮਾਧੀ ਡਾਉਣ ਵਾਲੇ ਨਹੀਂ ਹਾਂ ਲੇਕਿਨ ਤੇਰੀ ਜਿਹੜੀ ਭੇਟਾ ਇਸ ਨੂੰ ਅਸੀਂ ਜਰਾ ਨਰਾਜ਼ਰ ਨਹੀਂ ਕਰਦੇ ਨਾਮਖਮਾਰੀ ਨਾਨਕਾ ਚੜੀ ਰਹੇ ਦਨ ਰਾਤ ਲੇਕਿਨ ਤੈਨੂੰ 7 ਪੀੜੀਆਂ ਬਾਦਸ਼ਾਹੀ ਦਿੱਤੀ ਜੇ ਤੁਸੀਂ ਜਨਮ ਕਰੋਗੇ ਤਾਂ ਸਾਡੇ ਘਰ ਦੇ ਸੇਵਕ ਲਾ ਲਾ ਕੇ ਰਗੜੇ ਇਸੇ ਭੰਗ ਨੂੰ ਭੰਗ ਦੇ ਤੁਹਾਡੇ ਸਿਰ 'ਚ ਸਿੱਟਣਗੇ ਗੋੜੇ ਮਾਰ ਮਾਰ ਕੇ ਤੁਹਾਡੇ ਰਾਜ ਨੂੰ ਤਬਾ ਕਰ ਦੇਣਗੇ ਨਾਲ ਹੀ ਸਤ ਸ਼ਹੀਦੀਆਂ ਅਸੀਂ ਆਪ ਦੇਵਾਂਗੇ ਐਵੇਂ ਨਹੀਂ ਘਰਖ ਕੀਤੀ ਬਾਦਸ਼ਾਹੀ ਤੁਰਕਾਂ ਦੀ ਪਰ ਅਫਸੋਸ ਖਾਲਸੇ ਦੀ ਫੁੱਟਨੇ ਤਵਾ ਕਰਕੇ ਰੱਖ ਦਿੱਤੇ 12 ਮਿਤਨਾ ਹੋਈਆਂ ਪਏ ਆਪਸ ਵਿੱਚ ਹੀ ਲੜ ਲੜ ਕੇ ਮਰ ਗਏ ਰਾਜ ਨਾ ਸਵਾਰ ਸਕੇ ਸੁਰਬਚਾਰ ਆਪਣੇ ਘਰ ਦੇ ਅੰਦਰ ਧਾਰਮਿਕ ਸੰਸਥਾ ਚਾਰ ਹਣ ਬਾਬਾ ਸ੍ਰੀ ਚੰਦ ਜੀ ਨੂੰ ਕੌਣ ਭੁੱਲਿਆ ਹੋਇਆ ਕੋ ਨਾਨਕ ਦੇਵ ਜੀ ਦੇ ਸਹਬਜ਼ਾਦੇ ਜਤੀ ਜਿਨ੍ਹਾਂ ਤੋਂ ਉਦਾਸੀਨ ਭੇਖ ਮਤ ਛੱਡਿਆ ਪਰ ਪ੍ਰਵਿਰਤ ਹੈ ਨਿਰਮਣ ਸਾਧੂ ਹਨ ਜਿਨ੍ਹਾਂ ਦੇ ਚੇਲੇ ਬਾਬਾ ਗੁਰਦੁੱਤਾ ਜੀ ਹੋਏ ਅੱਗੇ ਚਾਰ ਧੂਨੇ ਛੇ ਬਖਸ਼ੀਸ਼ਾਂ ਇਹ ਵਿਸਥਾਰ ਹੈ ਉਸ ਸ਼ਾਖ ਦਾ ਉਸ ਤੋਂ ਬਾਅਦ ਨਰਮਰ ਭੇਖ ਢਾਂਕਾਂ ਪਾ ਦਿੱਤੀਆਂ ਇਹਨਾਂ ਸਾਧੂਆਂ ਨੇ ਤੀਰਥਾਂ ਦੇ ਉੱਤੇ ਕਿਸ ਨਿਆਸੀ ਕੀ ਬਰਾਗੀ ਜਿੰਨੇ ਸਾਧੂਆਂ ਦੀਆਂ ਮੰਡਲੀਆਂ ਸਾਰਿਆਂ ਨੂੰ ਦੱਸ ਦਿੱਤਾ ਕਿ ਗੁਰਨਾਨਕ ਦੇਵ ਜੀ ਦਾ ਬਾਬੇ ਨਾਨਕ ਦੇ ਘਰ ਜੇ ਡਾਕਾ ਕੋਈ ਕਰਨ ਨਹੀਂ ਹੈ ਪੌਂਟੇ ਸਾਹਿਬ ਤੋਂ ਦਸਵੇਂ ਪਾਤਸ਼ਾਹ ਨੇ ਭਾਈ ਕਰਮੋ ਸਿੰਘ ਜੈਸੀ ਗੁਰਮੁਖਾਂ ਨੂੰ ਪੰਜਾਂ ਨੂੰ ਕਾਂਸੀ ਵਿਦਿਆਦਿਆਨ ਕਰਨ ਵਾਸਤੇ ਭੇਜਣਾ ਚੇਤਨ ਮੱਠ ਸਥਾਨ ਬਣਿਆ ਹਾ ਕਾਂਸੀ ਦੇ ਅੰਦਰ ਜਿੱਥੇ ਭਾਈ ਗੁਰਦਾਸ ਜੀ ਪਹਿਨਾ ਰਹੇ ਹੁਣ ਵੀ ਉਹ ਆਵਾਜ਼ ਹੈ ਬੜੀ ਭਾਰੀ ਪ੍ਰਾਪਰਟੀ ਹੈ ਮਾਇਆ ਦੀ ਕੋਈ ਕਮੀ ਨਹੀਂ ਸਿੱਖ ਸੰਸਥਾ ਕੋਲੇ ਨਾਮ ਧਨ ਦੀ ਕਮੀ ਹੈ ਸੋ ਨਰਮਰਪੇਖ ਹੈ ਦੂਸਰਾ ਤੀਜੇ ਹਨ ਸਿੰਘ ਦਰਸ਼ਨ ਕਰ ਰਹੇ ਹੋ ਦਸਵੇਂ ਪਾਤਸ਼ਾਹੀ ਪੱਖੇ ਇਹ ਚਾਰ ਸਾਡੀਆਂ ਸਾਧੂਆਂ ਦੀਆਂ ਵਿਹੰਗਵਾਂ ਦੀਆਂ ਤਿੰਨ ਪ੍ਰਣਾਲੀਆਂ ਹਨ ਚੌਥੇ ਭਾਈ ਗ੍ਰਸਤੀ ਹਨ ਇਹ ਸਾਨੂੰ ਸਾਰਿਆਂ ਨੂੰ ਬੋਧ ਹੋਣਾ ਚਾਹੀਏ ਜੇ ਉਦਾਸੀ ਸਾਧੂ ਨੇ ਸਾਡੇ ਸਤਿਕਾਰਯੋਗ ਨੇ 80-80 ਰੁਪਏ ਨੂੰ ਸੀਸ ਤੇ ਵਿਕਦਾ ਸੀ ਸਾਡਾ ਜਦੋਂ ਉਸ ਵੇਲੇ ਹਰਮੰਦਰ ਚ ਜੋਤਾਂ ਕਿਨੇ ਜਗਾਈਆਂ ਕਿਨੇ ਪਰਪਕਾਰ ਕੀਤੇ ਰਵੀ ਤੁਹਾਂਸਰੀਆਂ ਜਲਦੀਆਂ ਹਰਮੰਦਰ ਸਾਹਿਬ ਕਿਨੇ ਦਿਆਂਦੀਆਂ ਕੱਢ-ਕੱਢ ਕੇ ਬੜੇ-ਬੜੇ ਪ੍ਰੀਤਮ ਦਾਸ ਵਰਗੇ ਸਾਧੂ ਹੋਏ ਯਾਨੀ ਕਿ ਬੜੇ-ਬੜੇ ਖਾੜੇ ਰਜਦੇ ਨੇ ਦੂਜੇ ਤੀਰਥਾਂ ਤੇ ਅਸੀਂ ਖੁਦੇ ਡੱਡੂ ਬਣ ਕੇ ਕਹਿੰਦੇ ਆ ਉਹ ਹਿੰਦੂਆਂ ਦੇ ਤੀਰਥ ਨੇ ਹੰਸ ਬਣੋ ਵਾਰੇ ਤੁਹਾਨੂੰ ਹੰਸ ਬਨਾਇਆ ਸਰਵਰ ਹੰਸ ਤਰੋਹੀ ਵੇਲਾ ਖਸਮੇ ਇਹ ਵੇ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਬਗਲਾ ਤੇ ਕਾ ਸਾਰੇ ਸਿਆਣੇ ਬੰਦੇ ਨੇ ਮਨਮਤੀ ਇਹ ਕਹਿੰਦੇ ਗੁਰਸਿੱਖਾਂ ਨੂੰ ਕੀਆ ਕਰਦਾ ਅਸੀਂ ਸਾਡੇ ਵਰਗਾ ਕੋਈ ਸਿਆਣਾ ਨਹੀਂ ਜਿਹੜੀ ਸਤਸੰਗ ਤੇ ਮਨ ਸਰੋਗਰ ਹੈ ਜਿੰਨੇ ਗੁਰਸਿੱਖ ਨੇ ਗੁਰਬਾਣੀ ਤਨਾਂ ਭਾਈਆ ਜਨਮਸਤਕ ਭਾਗ ਮਨਮੁਖ ਛੁੱਟੜ ਕਾਮ ਨਹੀਂ ਗੁਰਮੁਖ ਸੋਹਾਗ ਗੁਰਮੁਖ ਉਜਰ ਹੰਸ ਹੈ ਮਨਮੁਖ ਹੈ ਕਾਗ ਮਨਮੁਖ ਜੋਨ ਭਵਾਈਆਂ ਗੁਰਮੁਖ ਹਰ ਮੇਲਾ ਵਾਹ ਵਾਹ ਗੋਵਿੰਦ ਸੰਗਿ ਆਪੇ ਗੁਰਚੇਂਦਾ ਐਸੀ ਸਤਗੁਰੂ ਮਹਾਰਾਜ ਨਵ ਸਰੂਪਾਂ ਤੱਕ ਚਰਨ ਘੋੜ ਆਪ ਜੀ ਦਿੰਦੇ ਰਹੇ 10ਵੇਂ ਪਾਤਸ਼ਾਹ ਨੇ ਖੰਡੇ ਦਾ ਅਮਰਦ ਕਿਉਂ ਤਿਆਰ ਕੀਤਾ ਕਿ ਭਵਿੱਖਤ ਦਾ ਸਮਾ ਪਖੰਡੀ ਡੋਕ ਬਹੁਤ ਹੋਣਗੇ ਪੈਰ ਤੋਂ ਹੱਥੋਂ ਆ ਕੇ ਸਾਡੇ ਸਿੱਖਾਂ ਨੂੰ ਪਿਆਈ ਜਾ ਕਰਨਗੇ ਪੰਜਾਂ ਪੈਰਾਂ ਦੁਆਰਾ ਖੰਡੇ ਦੇ ਅਮਰਦੀ ਬਖਸ਼ੇ ਕਰ ਦਿੱਤੀ ਅਸੀਂ ਫੇਰ ਵੀ ਕੋਈ ਕਿਸੇ ਸੰਤ ਵਗਰ ਲਗਿਆ ਕੋਈ ਕੋਈ ਕਿਸੇ ਸੰਤ ਵਗਰਿਆ ਨਿੰਦਿਆ ਨਹੀਂ ਸੰਤਾਂ ਦੀ ਹੈ ਪਖੰਡੀਆਂ ਤੋਂ ਪਛ ਬਚ ਕੇ ਰਹੋ ਨਿਕਨ ਖਾਲਸਾ ਇਹ ਸਾਡੀਆਂ ਸ਼ਾਖਾ ਧਰਮ ਦਾ ਪ੍ਰਚਾਰ ਕਰਨ ਵਾਲੀਆਂ ਹਨ ਮਹਾਰਾ ਕਿਰਪਾ ਕਰੇ ਵਿਅਕਤ ਦੇ ਅੰਦਰ ਆਪਾਂ ਨੂੰ ਮਾਨਸ ਦੇ ਹੀ ਮਿਲੀ ਆ ਕੋਈ ਗਿਆਨ ਨੇ ਵੀ ਕਿਉਂ ਮਿਲੀ ਹੈ ਕੀ ਪੁੰਨ ਕੀਤਾ ਹੈ ਪਿੱਛੇ ਜਿਹਦਾ ਫਲ ਮਾਨਸ ਦੇ ਹੀ ਹੈ ਜਦੋਂ ਬਹੁਤ ਸਾਰੇ ਕੋਈ ਪੂਰਬਲੇ ਪੁੰਨ ਹੁੰਦ ਇਕੱਠੇ ਹੁੰਦੇ ਉਹਦਾ ਮਾਨਸ ਦੇ ਹੀ ਮਿਲਦੀ ਹੈ ਬੜੀ ਦੁਰਲੱਭ ਹੈ ਇਹ ਜੇ ਵਿਆਹ ਕੇ ਆ ਕੇ ਬੱਚੇ ਪਾਲ ਲੇ ਤਾਂ ਜਾਨਵਰਾਂ ਨੇ ਵੀ ਪਾਲ ਲੇ ਤਾਂ ਫਿਰ ਤੁਸੀਂ ਕੋਈ ਬਾਹਲੇ ਵਡਿਆਈ ਕੱਟ ਲਈ ਨਿਆਣੇ ਬੁੜਾਲੇ ਕੁੱਕੜ ਵੀ ਮੁਰਗੀ ਨੂੰ ਡਈ ਫਿਰਦਾ ਸਾਰਿਆਂ ਨਿਆਣਿਆਂ ਜੋਗਾ ਚ ਗਾਉਂਦਾ ਨਾਲੇ ਕਲਗੀ ਵਾਲਾ ਵੀ ਹੈਗਾ ਕੀ ਹੋ ਗਿਆ ਤੁਹਾਨੂੰ ਜੇ ਤਾਂ ਚੇਤਨ ਚੇਤਨ ਹੇਤ ਲਈ ਹੋਣਾ ਭੋਗਨ ਹੈ ਸਰੀਰ ਮਾਨਸ ਦੇ ਹੀ ਵਾਹਿਗੁਰੂ ਦਾ ਚੰਤਨ ਕਰਨ ਵਾਸਤੇ ਮਿਲੀ ਹੈ ਅੱਜ ਕਾਲ ਦੇ ਸਮੇਂ ਚ ਗੁਰੂ ਨਾਨਕ ਦੇਵ ਜੀ ਨੇ ਦਸਾਂ ਜੋਤਾਂ ਚ ਭਰਤ ਕਰਕੇ ਕਿਉਂ ਦਸਾਂ ਸਰੂਪਾਂ ਚ ਵਰਤੇ ਦੂਸਰੇ ਅਵਤਾਰ ਦੂਜਾ ਰੂਪ ਨਹੀਂ ਬਣਾ ਸਕੇ ਜੋ ਤੋਹਾ ਜੁਗਤ ਸਾਏ ਸੈ ਕਾਇਆ ਫਿਰ ਪਰਟੀਐ ਗੁਰ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਕੋਈ ਅੰਤਰਾ ਨਹੀਂ ਹੈ ਤੇ ਕੋ ਸਰੂਪ ਉਹੀ ਖਾਸੇ ਚ ਵਰਤਾ ਦਿੱਤਾ ਰਹਿਤ ਵਹਿਤ ਜੇ ਪੰਚੋ ਮਿਲੈ ਮਮ ਸਰੂਪਤਾ ਜਾਨੋ ਭਲੈ ਸਾਡਾ ਸਰੂਪ ਜਾਣ ਜਿੰਦਗੀ ਕਿਵੇਂ ਬਤੀਤ ਕਰਨੀ ਆ ਪਰਚਾ ਸ਼ਬਦ ਦਾ ਜਜ਼ਾਰ ਖਾਲਸੇ ਕਾ ਖਾਲਸੇ ਦੇ ਜਜ਼ਾਰ ਕਰਦੇ ਰਹੋ ਮਨ ਹਰ ਵੇਲੇ ਪਰਚਾ ਭਾੜਦਾ ਹੈ ਕੋਈ ਕਲਮਾਂ ਚ ਜਾਂਦਾ ਕੋਈ ਤਾਂਸ਼ਾਂ ਖੇਡਦਾ ਉਰਾ ਪਰਾ ਕਰਦੇ ਪਰਚਾ ਸ਼ਬਦ ਦਾ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸੁਮਾਈ ਗੁਰਮੁਖ ਨਾਦਨ ਕੀਰਤਨ ਕਰਦੇ ਰਹਿੰਦੇ ਅਨੰਦ ਮਾਣਦੇ ਗੁਰਮੁਖ ਵੇਦਨ ਗੁਰਮੁਖ ਸ਼ਬਦ ਦੀ ਵਿਚਾਰ ਕਰਨ ਲੱਗ ਜਾਂਦੇ ਹਨ ਸਵਾਸਤਾ ਨਹੀਂ ਅਟਕਦੇ ਨੰਗ ਰਹੇ ਨੇ ਗੁਰਮੁਖ ਰਹਾ ਸੁਮਾਈ ਗੁਰਮੁਖ ਅੱਲਾ ਬੈਠ ਕੇ ਆਨੰਦ ਮਾਣਦਾ ਹੈ ਸਿਮਨ ਕਰਦਾ ਹੈ ਇਹ ਤਨ ਤਨ ਕਰਕੇ ਗੁਰਮੁਖ ਜ਼ਿੰਦਗੀ ਬਤੀਤ ਕਰਦੇ ਉਹ ਧਰਮ ਦੀ ਕਿਰਤ ਸਰੀਰ ਕਰਕੇ ਕਰਦੇ ਜੋ ਤੁਹਾਡੀ ਸ਼ੰਕਾ ਭਾਈ ਤੁਸੀਂ ਦੱਸ ਦਿਓ ਮੈਨੂੰ ਹੁਣੇ-ਹੁਣੇ ਗਿਆਨੀ ਜੀ ਨੇ ਪਰਮਾਰਥ ਦੀ ਬਹੁਤ ਖੁੱਲੀ ਵਿਚਾਰ ਡੂੰਗੀ ਵਿਚਾਰ ਆਪਣਾ ਦਿੱਤੀ ਜਾਂ ਇਹ ਵਿਚਾਰ ਦਰਾਂ ਤੁਸੀਂ ਪਰਮੇਸ਼ਰ ਨੇ ਕਿਵੇਂ ਫੁਰਨਾ ਕੀਤਾ ਫੁਰਨੇ ਤੋਂ ਮਾਇਆ ਸਭਲ ਕਰਕੇ ਸ੍ਰਿਸ਼ਟੀ ਰਚੀ ਹਾਂਜੀ ਬਈ ਕਿਉਂ ਰਚੀ ਪਹਿਲਾਂ ਵੀ ਮੈਂ ਪੁੱਛਿਆ ਸੀ ਬਈ ਕਿੰਤੂ ਫੁਰਦਾ ਹੈ ਪਰਮੇਸ਼ਰ ਨੂੰ ਕੀ ਲੋੜ ਪਈ ਸੀ ਇਸ ਸੰਸਾਰ ਨੂੰ ਰਚਣ ਦੀ ਪਰਮੇਸ਼ਰ ਨੂੰ ਆਪਾਂ ਸਮਝਦੇ ਹਾਂ ਕਿ ਉਹ ਫੁਰਨੇ ਤੋਂ ਬਿਨਾ ਤੇ ਉਹਨੂੰ ਫੁਰਨਾ ਕਿਵੇਂ ਆਇਆ ਗਿਆ ਜੀ ਇੱਕ ਸਥੂਲ ਦਸ਼ਟਾਤ ਹੈ ਆਦਮੀ ਨੂੰ ਕਦੇ ਵਿਸ਼ਾ ਨਹੀਂ ਫੁਰੇਗਾ ਜੇ ਇਸ ਤਰੀ ਸਾਹਮਣੇ ਨਾ ਆਵੇ ਨਿੰਗਾ ਸਿੰਘਾਂ ਦਾ ਘੋੜਾ ਕਦੇ ਨਹੀਂ ਗਰਮ ਹੋਵੇਗਾ ਜੇ ਘੋੜੀਆਂ ਨਾਲ ਦੇ ਸੰ। ਇਹ ਜਿਹੜੀ ਮਾਇਆ ਹੈ ਇਹ ਬੜੀ ਚਤਰਾ ਹੈ ਐਵੇਂ ਨਹੀਂ 405 ਚਿਰਤਰਾ ਰਸੀ ਦਿੱਤੇ। ਮਾਇਆ ਸਾਡੀ ਮਾਂ ਵੀ ਹੈ ਸਾਡੀ ਭੈਣ ਵੀ ਹੈ ਨੰਦਾ ਭਦੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਫੁਰਨਾ ਕੀਨੇ ਪਰਮੇਸ਼ਨ ਨੇ ਫਰਾਇਆ ਫਿਰ। ਪਰਮੇਸ਼ਰ ਦਾ ਤਾਂ ਨਹੀਂ ਖਸੂਰ। ਮਾਇਆ ਨੇ ਚਤੁਰ ਚਿਤਰਾਇ ਕੀਤੀ ਹੈ ਇਸ ਕਰਕੇ ਨਾਲ ਹੀ ਆ ਜਿਹੜੀ ਸ੍ਰਿਸ਼ਟੀ ਹੈ ਨਹੀਂ ਹੈ ਤਿੰਨੇ ਕਾਲ ਹੀ ਨਹੀਂ ਹੈ ਤੁਸੀਂ ਕਹੋਗੇ ਦਿਸਦੀ ਹੈ ਮੈਂ ਦਿਸਤਾਨ ਦਿੰਦਾ ਹੁਣ ਅੱਗੇ ਵੀ ਰੱਸੀ 'ਚ ਸੱਪ ਕਿਨੂੰ ਨਹੀਂ ਨਵ ਦੱਸੋ ਭਲੇ ਜੀ ਜੀ ਨਗਾ ਕਮਜ਼ੋਰ ਅਨੇਰਾ ਹੈ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦਿਸਤਾਤੀ ਧਰਤ ਪਤਾਲ ਆਕਾਸ ਹੈ ਮੇਰੀ ਜਿੰਦਰੀ ਇਹ ਸਭ ਹਰ ਹਰ ਨਾਮ ਤੇ ਆਵੇ ਰਾਮ ਜੋ ਬੋਲਤਾ ਹੈ ਮਰਗ ਮੀਨ ਪੰਖੇਰੂ ਸੋਬਨ ਹਰ ਜਾਪਤ ਹੈ ਨਹੀਂ ਹੋਰ ਇਹ ਵੀ ਗੁਰਬਾਣੀ ਦੀਆਂ ਪੰਕਤੀਆਂ ਨੇ ਬ੍ਰਹਮ ਗਿਆਨੀ ਨੂੰ ਸੰਸਾਰ ਦਿਸਦਾ ਹੀ ਨਹੀਂ ਜਿਹੜਾ ਪਰਚਨ ਕਰਦੇ ਵੀ ਇਹ ਕਿਉਂ ਪੈਦਾ ਕੀਤਾ ਸੰਸਾਰ ਤਿੰਨੇ ਕਾਰ ਹੀ ਨਹੀਂ ਹੈ ਅਗਿਆਨ ਕਰਕੇ ਪ੍ਰਤੀਤ ਹੋ ਰਿਹਾ ਹੈ ਜਿਹੜਾ ਰਸੀ ਵਿੱਚ ਸੱਪ ਦੀ ਦਾ ਕਿਹਦੇ ਸੁਪਨੀ ਨੂੰ ਜੰਮਿਆ ਉਸ ਨੂੰ ਕੋਈ ਮਾਰ ਸਕੇਗਾ ਜੇ ਤੁਸੀਂ ਲੰਘ ਜਾਓਗੇ ਜਾਂ ਦੂਜਾ ਉਹ ਕੋ ਕਹਿੰਦੇ ਸੱਪ ਖੜਾ ਇੱਥੇ ਉਹਨੂੰ ਕੋਈ ਮਾਰ ਨਹੀਂ ਸਕਦਾ ਨਾ ਉਹ ਜੰਮਿਆ ਨਾ ਉਹਨੂੰ ਕੋਈ मारेगा ਐਸਾ ਸੰਸਾਰ ਹੈ ਮਿੱਥਿਆ ਵਸਤੂ ਇਸੇ ਕਰਕੇ ਭਰਮ ਭੈ ਤੀਜੇ ਨੰਬਰ ਤੇ ਦੁੱਖ ਇਹ ਰਸੀ ਵਿੱਚ ਭਰਮ ਪਿਆ ਤਦੇ ਭੈ ਆਇਆ ਰਸੀ ਤੋਂ ਤਰਸੇ ਤੁਸੀਂ ਡਰਨਾ ਜੇ ਰਸੀ ਦਾ ਗਿਆਨ ਹੁੰਦਾ ਤੁਹਾਨੂੰ ਸੱਪ ਨਾ ਕਦੇ ਪ੍ਰਤੀਤ ਹੁੰਦਾ ਜੇ ਬ੍ਰਹਮ ਦਾ ਗਿਆਨ ਹੋਵੇ ਤੁਹਾਨੂੰ ਸੰਸਾਰ ਨਾ ਦੇਖਿਆ ਕੁਐਸਚਨ ਕਿੱਥੇ ਤੁਹਾਨੂੰ ਪੁੱਰਨਗੇ ਫਿਰ ਉਸ ਅਵਸਥਾ ਨੂੰ ਪਹੁੰਚਾਉਣ ਵਾਸਤੇ ਹੀ ਮਹਾਰਾਜ ਜੀ ਇਹ ਬਾਣੀ ਕਿੱਥੋਂ ਆਈ ਹੈ ਸਤਿਖੰਡ ਵਿੱਚੋਂ ਆਈ ਹੈ ਜਿਹੜੀ ਤੁਸੀਂ ਵਿਆਖਿਆ ਕਰਨ ਤੋਂ ਥੋੜੀ ਫਿਰਦੇ ਆ ਵਿੱਚ ਵਿਆਖਿਆ ਕਰਨ ਜੀਵ ਕਿਰਤ ਹੈ ਗੁਰਬਾਣੀ ਈਸ਼ਰ ਕਿਰਤ ਸੱਚਖੰਡ ਵਿੱਚੋਂ ਧਰੋਂ ਆਈ ਹੈ। ਸੂਇ ਇਸ ਕਰਕੇ ਮਥਿਆ ਵਸਤੂ ਦਾ ਆਦੰਤ ਨਹੀਂ ਹੁੰਦਾ ਹੈ। ਜਿਸ ਵੇਲੇ ਤੁਸੀਂ ਕਮਾਈ ਕਰੋਗੇ, ਵਰਗ ਵਸਤਾ ਚਾਹੋਗੇ, ਸੰਸਾਰ ਤੁਹਾਡੇ ਵਿੱਚੋਂ ਐਂ ਲੋਪ ਹੋ ਜਾਵੇਗਾ ਜਿਹਨੂੰ ਰੱਸੀ ਦਾ ਗਿਆਨ ਹੋ ਗਿਆ ਉਹ ਸਭ ਕਿੱਥੇ ਗਿਆ ਭਾਈ? ਦੂਜੇ ਪਾਸੇ ਖੜਾ ਹੈ। ਜਿੰਨਾ ਚਿਰ ਪਰਮੇਸ਼ਰ ਦਾ ਗਿਆਨ ਨਹੀਂ ਦਰਸ਼ਨ ਨਹੀਂ ਹਾਂ ਤਾਂ ਅੱਗੇ ਆਤ ਉਹ ਜਿਹੜਾ ਸੰਸਾਰ ਦਿਸੇਗਾ ਹੀ ਦਿਸੇਗਾ ਲੇਕਿਨ ਪਰਮੇਸ਼ਰ ਦਾ ਗਿਆਨ ਕਿਵੇਂ ਹੋਵੇ ਕਿਤਨੇ ਬਿਗਨ ਹਨ ਕੋਈ ਰਿਧੀਆਂ ਮੰਗਦਾ ਕੋਈ ਪੁੱਤ ਮੰਗਦਾ ਕੋਈ ਧੀ ਮੰਗਦਾ ਕੋਈ ਮਾਇਆ ਮੰਗਦਾ ਕੋਈ ਤੰਦਰੁਸਤੀ ਮੰਗਦਾ ਪਦਾਰਥੀ ਸਭ ਤਾਂ ਪੂਰੇ ਘਰੀ ਜਾਂਦੇ ਆ ਕੌਣ ਗਿਆਨ ਮੰਗਦਾ ਹੈ ਕੌਣ ਹੈ ਗਿਆਨ ਕਿਹਦੇ ਲਕਸ਼ਣ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਇਹ ਹੈ ਗਿਆਨ ਗਿਆਨ ਕਾਮਨ ਰਖਿਆ ਗਿਆਨਤਾ ਅਮਸ਼ੇਰੀਆ ਮਸ਼ਹੂਰ ਸਾਰੇ ਗਿਆਨੀ ਨੇ ਇਥੇ ਬ੍ਰह्म ਗਿਆਨ ਤੋਂ ਪਾਵ ਹੈ ਸੁਪ੍ਰੇਮਿਓ ਮਾਨਸ ਦੇਹੀ ਇਹਦੇ ਚ ਬਾਲਕ ਅਵਸਥਾ ਵੀ ਹੈ ਜਵਾਬ ਅਵਸਥਾ ਵੀ ਹੈ ਬਿਰਧ ਅਵਸਥਾ ਵੀ ਹੈ ਪਰ ਮੈਂ ਤਾਂ ਬਾਰ ਬਾਰ ਬੇਨਤੀ ਇਹੀ ਕਰੂੰਗਾ ਜਿਹੜੀ ਨੌਜਵਾਨ ਪੀੜੀ ਹੈ ਸਾਡੀ ਗੁਰਸਿੱਖਾਂ ਦੀ ਬੱਚਾ ਨੂੰ ਪਾਰ ਦੇ ਆਏ ਬਥੇਰੇ ਗ੍ਰਸਥ ਐਸੇ ਕਰਾ ਬਹੁਤ ਵਸਾਏ ਜਦ ਹਮ ਰਾਮ ਗਰਭ ਹੋਏ ਆਏ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਰ ਹੁੰਦਾ ਯਾਰ ਗਰਭਸੀਰਾ ਮਾਨਸ ਦੇਹੀ ਗੁਰੂ ਕੇ ਸੰਗ ਚਾਰ ਬਰ ਚਾਰ ਬ੍ਰह्म ਵਿਦਿਆ ਦਾ ਧਿਆਨ ਕਰਨ ਫਿਰ ਉਹ ਭਨੇਖੇ ਚ ਨਹੀਂ ਆਉਣਗੇ ਕਦੇ ਵੀ ਉਹ ਪਖੰਡ ਦੇ ਤੱਕੇ ਨਹੀਂ ਜਾਣਗੇ ਉਹ ਠੱਗੇ ਨਹੀਂ ਜਾਣਗੇ ਆਕਾਰਪੁਰਖ ਦੀ ਪ੍ਰਸੰਨਤਾ ਹੋਵੇਗੀ ਜਿਪੰਡੇ ਡਿਊਟੀ ਪੁਨਹਾਰੀ ਸੋਮਾਰਗ ਸੰਤਨ ਦੂਰ ਆ ਰਹੀ ਇਸ ਕਰਕੇ ਗੁਰੂ ਘਰ ਦੀ ਜਿਹੜੀ ਮਮ ਅਚਰਜ ਹੀ ਹੈ ਇਹ ਕਿਥੋਂ ਐਸੀ ਵਿਚਾਰ ਪ੍ਰਾਪਤ ਹੁੰਦੀ ਹੈ ਕਿਸੇ ਦੇ ਘਰੋਂ ਹੁੰਦੀ ਹੈ ਇਹ ਖਾਲਸੇ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ ਧਾਰਮਿਕ ਲੈਣੇ 'ਚ ਬਿਲਕੁਲ ਝਗੜਾ ਨਹੀਂ ਦੂਜਿਆਂ ਧਰਮਾਂ ਨਾਲ ਸਾਡੀ ਸਾਂਝ ਹੈ ਧਰਮ ਦੋ ਤਰ੍ਹਾਂ ਦੇ ਨੇ ਸਾਧਾਰਨ ਧਰਮ ਅਸਾਧਾਰਨ ਧਰਮ ਰੋਟੀ ਖਾਣਾ ਆਪਾਂ ਸਾਰੇ ਬੈਠੇ ਆਂ ਖਾਵਾਂਗੇ ਸਾਰੇ ਇਹ ਮੈਂ ਬਿਮਾਰਾਂ ਗੋੜੀ ਖਾਣਾ ਤੁਸੀਂ ਸਾਰਿਆਂ ਨੇ ਤਾਂ ਨਹੀਂ ਖਾਣੀ ਜਿੰਨੇ ਸਕੂਲ ਦੇ ਸਾਰਿਆਂ ਦੀਆਂ ਵਰਦੀਆਂ ਵੱਖਰੀਆਂ ਵਗੈਰਾ ਸਿਲੇਬਸ ਇੱਕੋ ਹੀ ਹੈ ਇਸ ਕਰਕੇ ਦੂਸਰੇ ਧਰਮਾਂ ਨਾਲੀ ਸਾਡੇ ਭਜਨ ਕਰਨ ਦੀ ਸਾਂਝ ਹੈ ਲੇਕਿਨ ਜਿਹੜੇ ਦੂਸ ਆਸਾਧਾਰਨ ਧਰਮੋਕ ਕੀ ਹੈ ਆਪਾਂ ਪੰਜ ਕਕਾਰ ਰੱਖਦੇ ਆਂ ਉਹ ਤਿਰਕਜੰਜੂਰ ਰੱਖਦੇ ਆਂ ਤਰਕ ਜੰਜੂ ਬਖੰਡ ਨਹੀਂ ਤਰਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕੱਲੂ ਮੈਂ ਸਾਕ ਮਾਰੇ ਨੂ ਨਾ ਧਰਮ ਰੱਖ ਕੇ ਦਿਖਾ ਦਿੱਤਾ ਆਪਣਾ ਧਰਮ ਤਾਂ ਹੈ ਨਹੀਂ ਸੀ ਇਹ ਅਸਾਧਾਰਨ ਧਰਮ ਹੈ ਇਸ ਕਰਕੇ ਖਾਲਸਾ ਕਿਸੇ ਦਾ ਵੀ ਵਿਰੋਧੀ ਨਹੀਂ ਹੈ ਨਜ਼ਰਾਲਾ ਨੂੰ ਪੁੱਛਿਆ ਨਜ਼ਰਾਲਾ ਜੀ ਦਸਵੇਂ ਪਾਤਸ਼ਾਹ ਦੇ ਸਰੂਪ ਬਾਰੇ ਦੱਸਦੇ ਹੋ ਕਿਹਾ ਗਿਆ ਕਹਿੰਦੇ ਨੂਰ ਹਰਦਾਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ ਜਿੰਨੀਆਂ ਅੱਖਾਂ ਦਾ ਪ੍ਰਕਾਸ਼ ਲੋਕਾਂ ਦੀਆਂ ਮੈਨੂੰ ਅੱਖਾਂ 'ਚ ਦਿਖ ਲਿਆ ਸਭ 10ਵੇਂ ਪਾਸ਼ਾ ਦਾ ਪ੍ਰਕਾਸ਼ ਹੈ ਜਿੰਨੀਆਂ ਰੂਹਾਂ ਦੇ ਹਾਂ ਦੁਨੀਆਂ ਫਿਰਨਾਂ ਜਿਖਰੇ ਜਿਹੜੀ ਕੀਤਨ ਚੇਤਨ ਕਰਾ ਇਹ 10ਵੇਂ ਪਾਸ਼ਾ ਕਿੰਨਾ ਵੱਡਾ ਬਾਹਰ ਪੀਤਰੇ ਕੋ ਜਾਣੋਗੇ ਉਹ ਬੋਲ ਬਦ ਜੋ ਬਾਤ ਬਲਤਾ ਮਕਰ ਮਾਹ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨੰਤਰ ਘਾਟੀ ਖੋਜੋ ਭਾਈ ਆਪਣੇ ਘਰ 'ਚ ਸਿਦਕੀਆਂ ਸਿੱਖੀਆਂ ਵੀ ਦੋ ਨੇ ਸਿਦਕ ਦੀ ਹੈ ਔਰ ਪ੍ਰੇਮ ਦੀ ਹੈ ਇੱਕ ਰੂ ਬਾਣੀ ਦੁਆਰਾ ਹੈ ਗਿਆਨ ਦੁਆਰਾ ਸਾਰੀ ਦੁਨੀਆ ਦਾ ਟੰਡੋਰਾ ਹੈ ਰਿਤੇ ਗਿਆਨ ਨਾਲ ਮੋਕਸ਼ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੈ ਮੁਕਤ ਨਾ ਛੁੱਟਣ ਦਾ ਹੈ ਬੰਦਨਾ ਚ ਦੇਖਣਾ ਆਪਣੇ ਘਰ ਵਿੱਚ ਜਿਹੜਾ ਸਿੱਧਕੀ ਸੂਰਮਾ ਸ਼ਸਤਰ ਧਾਰੀ ਹੈ ਧਰਮ ਦੇ ਜੁਦ੍ਹ ਵਿੱਚ ਸ਼ਹੀਦ ਹੋ ਜਾਏ ਉਹ ਮੋਕਸ਼ ਹੈ ਬਿਨਾਂ ਗਿਆਨ ਤੋਂ ਯੋਸਨੋ ਮੋਕਸ਼ ਹੈ ਪਰ ਧਰਮ ਦਾ ਜੁਦ੍ਹ ਹੋਵੇ ਨਾਲ ਸੋ ਐਸਾ ਪੰਥ ਮਹਾਰਾਜ ਜੀ ਦੇ ਰਜਿਆ ਕਾਲ ਯੁੱਗ ਦੇ ਸਮੇਂ ਚ ਸਤਿਗੁਰੂ ਕਿਰਪਾ ਕਰਨ અત્યੰਤ ਬਹੁਤ ਪੁੰਨ ਹੋਣਗੇ ਉਹਨਾਂ ਭਜੰਗੀਆਂ ਦੇ ਜਿਹੜੇ ਇਸ ਮਾਰਗ ਦੇ ਉੱਤੇ ਚੱਲ ਕੇ ਬ੍ਰह्म ਵਿਦਿਆ ਦਾ ਅਧਿਆਨ ਕਰਨਗੇ ਨਾਲ ਹੀ ਪਰਪਕਾਰ ਕਰਨਗੇ ਹਮਣ ਆਉਣਾ ਤਾਂਕਾ ਸੁਭਨਾ ਪਰਪਕਾਰੀ ਹੋਏ ਆਪਦੇ ਮੂੰਹ ਨੂੰ ਤਾਂ ਹੱਥ ਜਾਂਦਾ ਈ ਇਹ ਬੁਰਕੀ ਦੂਜੇ ਦੇ ਮੂੰਹ ਚ ਪਾਉਣ ਦਾ ਸੁਆਦ ਹੈ ਨਾ ਇਸ ਕਰਕੇ ਖਾਲਸਾ ਪਰਪਕਾਰੀ ਹੁੰਦਾ ਹੈ ਪੁਰਨਾ ਚੁੱਕਾ ਮਾਫ ਕਰਨੇ ਇੱਥੇ ਬਸਰਾਮ ਦਿੰਦੇ ਆ ਤੁਸੀਂ ਜੇ ਸ਼ੰਕਾ ਦਾ ਮੈਨੂੰ ਦੱਸਦੇ ਹੋ ਜਿਹੜੇ ਸਕੇ ਨੇ ਸੰਗਨ ਦਾ ਬ੍ਰह्म ਵਿਦਿਆ ਦਾ ਦਾਣਿਕ ਦੂਜੇ ਨੂੰ ਤੇਣ ਦੇ ਨਾਲ ਤੇ ਉਹ ਲਾਈਨ ਦੇ ਵਿੱਚ ਰਹਿਣਗੇ ਹਾਂਜੀ ਜੇ ਤੁਸੀਂ ਕਿਹਾ ਕਿ ਬ੍ਰह्म ਵਿਦਿਆ ਵੰਡਣ ਦੇ ਨਾਲ ਖਾਲਸਾਪਸ ਵਿੱਚੀ ਤੇ ਉਹਦੇ ਨਾਲ ਉਹ ਗੁਰਮਤ ਦੇ ਦਾਇਰੇ ਵਿੱਚ ਰਹਿਣਗੇ ਉਹਨਾਂ ਨੂੰ ਗਿਆਨ ਦੀ ਮੌਗਸਤੀ ਪ੍ਰਾਪਤੀ ਹੋਵੇਗੀ ਹਾਂ ਤੇ ਇਹ ਬ੍ਰह्म ਵਿਦਿਆ ਹੁੰਦੀ ਕੀ ਹੈ ਜਿਹੜੀ ਬ੍ਰह्म ਦੀ ਜਨਾਇਕ ਹੋਵੇ ਜੀ ਇਹਦਾ ਸੁਖ ਜੀਵਨ ਸ਼ਬਦ ਹੈ ਇਹ ਕੀ ਹੈ ਕਰਵ ਕਿਰਪਾ ਜੀ ਨਾ ਤੇਰਾ ਨਾਮ ਹੈ ਸੁਖ ਜੀਵਨ ਇਹ ਕੀ ਹੈ ਇਹ ਕੀ ਵਸੋ ਤੈਨੂੰ ਪਤਾ ਨਹੀਂ ਤੇਰੇ ਆਪ ਦੇ ਨਾਮ ਦਾ ਤੋਂ ਮਤਲਬ ਸ਼ਬਦਨ ਮੈਂ ਪਹਿਨ ਦੱਸ ਚੁੱਕਿਆ ਬਾਚ ਬਾਚਕ ਭਾਵ ਸਬੰਧ ਜੀ ਜਿੰਨੇ ਅੱਖਰ ਨੇ ਇਹ ਕਿਸੇ ਦੇ ਲਿਖਾ ਕੇ ਜਨਾਇਕ ਨੇ ਹੋ ਨਹੀਂ ਗਏ ਜਦ ਮੈਂ ਸ਼ਬਦ ਬੋਲ ਨੂੰ ਗੱਗਾ ਰਾਰਾ ਪਪਾ ਦੰਦਾ ਰਾਮ ਗੁਪਿੰਦਰ ਸਿੰਘ ਤੁਸੀਂ ਸਾਰੇ ਉਹਦੇ ਵੱਲ ਦੇਖਣ ਲੱਗ ਜੂਗੇ ਗੁਪਿੰਦਰ ਲਿਖਿਆ ਤਾਂ ਨਹੀਂ ਲਿੰਦਾ ਉਹਦੇ ਤੇ ਹਾਂਜੀ ਹਟ ਮਾਸ ਦਾ ਗੁੱਥਲਾ ਨਹੀਂਦਾ ਮਾਸ ਦਾ ਤੁਹਾਨੂੰ ਜਨਾਤਾਨਾ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਉਹ ਬ੍ਰਹਮ ਨੂੰ ਜਨਾਉਂਦੀ ਹੈ ਨਾਲੇ ਪੈਨੇ ਆ ਜੂਗਾ ਚ ਬੋਤੇ ਵਿਸਥਾਰ ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਜਿਵੇਂ ਚੌਣਾ ਜਹਰ ਮੇ ਪਾਣੀ ਖੜਾ ਰਹੇ ਤਾਂ ਫਸਲ ਜਾਉਂਦਾ ਆਪਾਂ ਨੂੰ ਐਡਾ ਵੱਡਾ ਬਕਸ਼ਾ ਨਹੀਂ ਉਪਦੇਸ਼ ਬਾੜਾ ਨਹੀਂ ਸੀ ਦਿੰਦੇ ਹੁੰਦੇ ਅੱਗੇ ਬ੍ਰੋਚਨ ਮਾਨਤਾਤਾ ਤੇ ਇੰਦਰ ਤਿੰਨੇ ਇਕੱਠੇ ਹੋ ਗਏ ਬ੍ਰਹਮਾ ਕੋਲੇ ਉਪਦੇਸ਼ ਦੇਣ ਲੱਗ ਗਏ ਲੈਣ ਗਏ ਕਹਿੰਦੇ ਕੋ ਉਪਦੇਸ਼ ਦਿਓ ਕਿਰਪਾ ਕਰੋ ਜੀ ਕਹਿੰਦਾ ਦਾ 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 ਲੋਕੀ ਸਮਝਿਆ ਇੰਦਰ ਵਿਛਈ ਸੀ ਇੰਦਰੀਆਂ ਉਹਨੇ ਸੀ ਰੋਕਦਾ ਦੱਦੇ ਤੋਂ ਤੂੰ ਦਮਨ ਕਰੀਂ ਇੰਦਰੀਆਂ ਰੋਕ ਕੇ ਰੱਖ ਤੇ ਬ੍ਰੋਚਨ ਜੁਰਮਬੋਤਾ ਕਰਦੇ ਉਹਨੂੰ ਕਹਿੰਦੇ ਦਇਆ ਕਰੀਂ ਮਾਨਤਾ ਤੇਨੂੰ ਕਹਿੰਦੇ ਐਡਾ ਵੱਡਾ ਬਾਦਸ਼ਾਹ ਦਾਨ ਕਰੀਂ ਦੱਦੇ ਤੋਂ ਤੈਨਾਂ ਨੂੰ ਉਪਦੇਸ਼ ਦੇ ਕੇ ਤੋਰਤਾ ਅੱਜ ਕਰਜੁਗ ਦੇ ਜੀਵ ਸਮਝ ਜਾਣਗੇ ਮਹਾਰਾਜ ਦੇ ਦਰਸ ਕੀ ਤਾ ਕ੍ਰਪਾ ਕੀ ਤੀ ਗੁਣਾਨ ਕੋ ਧਨ ਕੋ ਗੁਰ ਅਰਜਨ ਕੋ ਜੇ ਨਾਮ ਕੋ ਖੋਲ ਦਿਖਾਇਓ ਖਜ਼ਾਨਾ ਰਾਗੀ ਰਾਗ ਮਾ ਸ਼ਬਦ ਬੁਣਾ ਕੇ ਗ੍ਰੰਥ ਕੀਆ ਹੈ ਸਮੇਰ ਸੁਮਾਨਾ ਦੇਖ ਸਮੇਰ ਤੇ ਹੇਮ ਨਾ ਦੇਵ ਤਾਵਤ ਪਾਥਰ ਕੋ ਗਿਆਨ ਰੇ ਮਨ ਮੂੜ ਨ ਸੂਝਿ ਤੋਇ ਕੋ ਪੀ ਕੇ ਭੰਗ ਭਇਆ ਮਸਤਾਨਾ ਸੁਪ੍ਰੇਮਿਓ ਇਸ ਕਰਕੇ ਕੁਝੇਚ ਸਮੁੰਦਰ ਨਿਬੰਧ ਕੀਤਾ ਜਾ ਸਕਦਾ ਜੈਸਾ ਤੁਸੀਂ ਸੰਗਤ ਨੇ ਐਸ ਸਰੀਰ ਵਿੱਚ ਗੁਰੂ ਘਰ ਦੀ ਗਿਆਤ ਮੈਨੂੰ ਦਿੱਤੀ ਉਹ ਮੈਂ ਤੁਹਾਡੇ ਹੁਕਮ ਨੂੰ ਮੰਨ ਕੇ ਮੈਂ ਇਹ ਰਸਨਾ ਤੋਂ ਬੋਲ ਦਿੱਤੀ ਭੁੱਲਾਂ ਚੁੱਕਾਂ ਮਾਫ ਕਰ ਲਈਆਂ ਜੇ ਕੋਈ ਨਿਯੁਨਤਾ ਆਈ ਹੈ ਤਾਂ ਮੈਨੂੰ ਦੱਸ ਦਿਓ ਫਿਰ ਮੈਂ ਵੀ ਸਿੱਖਿਆ ਪ੍ਰਾਪਤ ਕਰ ਲਵਾਂਗਾ ਇੱਥੇ ਬਸ ਸ਼ਰਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ